ਦਾ ਕੁਰਾਨ ਪੜ੍ਹੀਏ ਇਮਾਨ ਆਸਮਾਨਾਂ ਦੀਆਂ ਬੁਲੰਦੀਆਂ ਨੂੰ ਛੂ ਜਾਏ। ਫਰਮਾਇਆ ਵਾ ਅਨ ਲੈਸਾ ਲਿਲ ਇਨਸਾਨੀ ਇਲਾ ਮਾਸਾ, ਫਰਮਾਇਆ ਬੇਸ਼ੱਕ ਇਨਸਾਨ ਨੂੰ ਉਹ ਚੀਜ਼ ਮਿਲਦੀ ਹੈ ਜਿਹਦੀ ਉਹ ਕੋਸ਼ਿਸ਼ ਕਰਦਾ ਹੈ, ਜਿਹਦੀ ਉਹ ਸਹੀ ਕਰਦਾ ਹੈ ਨਾ। ਦੂਸਰੇ ਮੁਕਾਮ ਤੇ ਫਰਮਾਇਆ ਫਰਮਾਇਆ ਵਲਾ ਤੁਜਜ਼ਊਨਾ ਇਲਾ ਮਾ ਕੁੰਤੁਮ ਤਾਲਮੂਨ। ਕਿਧਰੇ ਅੱਲਾਹ ਫਰਮਾਇਆ ਲਹਾ ਮਾ ਕਸਬਤ ਵਾਲਈਹਾ ਮਕਤਸਬਤ, ਫਰਮਾਇਆ ਜਿਹੜਾ ਕੁਝ ਕਮਾਓਗੇ ਉਹ ਤੁਹਾਡੇ ਅੱਗੇ ਆਏਗਾ ਨਾ, ਜਿਹੜਾ ਉਹਨਾਂ ਨੇ ਕਮਾਇਆ ਉਹਨਾਂ ਵਾਸਤੇ, ਜਿਹੜਾ ਤੁਸੀਂ ਕਮਾਓਗੇ ਤੁਹਾਡੇ ਵਾਸਤੇ। ਫਰਮਾਇਆ ਇੱਥੇ ਤੇ ਅਮਲਾਂ ਯਾਨੀ ਜਜ਼ਾ ਮਿਲੇਗੀ, ਅਮਲਾਂ ਦੀ ਜਜ਼ਾ ਮਿਲੇਗੀ ਨਾ। ਅੱਲਾਹੁ ਅਕਬਰ ਕਬੀਰਾ। ਹੁਣ ਇਮਾਨ ਵਾਲੇ ਕਿਸ ਤਰ੍ਹਾਂ ਇਹ ਸਾਲੇ ਸਵਾਬ ਪਹੁੰਚਾਇਆ ਕਰਦੇ ਨੇ ਨਾ, ਅੱਲਾਹ ਦਾ ਕੁਰਾਨ ਇੰਜ ਨਕਸ਼ਾ ਖਿੱਚਦਾ ਹੈ। ਫਰਮਾਇਆ ਵੱਲਦੀਨਾ ਜਾਓ ਮਿੰਬਾਦੀਹਿਮ ਯਕੂਲੂਨਾ ਰੱਬਨਾ ਗਫਿਰ ਲਨਾ ਵਲੀ ਇਖਵਾਨਿਨ ਲਦੀਨਾ ਸਬਕੂਨਾ ਬਿਲ ਈਮਾਨ। ਅੱਲਾਹੁ ਅਕਬਰ ਕਬੀਰਾ। ਫਰਮਾਇਆ ਕਿ ਉਹ ਲੋਕ ਜਿਹੜੇ ਇਹਨਾਂ ਤੋਂ ਬਾਅਦ ਅੰਦਰ ਆਉਣੇ ਵਾਲੇ, ਪਹਿਲੇ ਨਹੀਂ ਬਾਅਦ ਅੰਦਰ, ਯਾਨੀ ਜਿਹੜੀਆਂ ਇਹਨਾਂ ਦੀਆਂ ਔਲਾਦਾਂ ਬਣਦੀਆਂ ਨੇ, ਫਰਮਾਇਆ ਉਹ ਹੱਥ ਉਠਾਉਂਦੇ ਨੇ, ਕਹਿੰਦੇ ਨੇ ਅੱਲਾ ਇਹਨਾਂ ਨੂੰ ਮੁਆਫ ਫਰਮਾ ਦੇ, ਅੱਲਾ ਜੀ ਇਹਨਾਂ ਦੇ ਗੁਨਾਹ ਮੁਆਫ ਫਰਮਾ, ਅੱਲਾ ਸਾਡੇ ਭਾਈਆਂ ਦੇ ਵੀ, ਅੱਲਾ ਜਿਹੜੇ ਸਾਡੇ ਕੋਲੋਂ ਪਹਿਲੇ ਇਮਾਨ ਅੰਦਰ ਸਬਕਤ ਲੈ ਗਏ ਨੇ ਨਾ, ਅੱਲਾ ਜੀ ਅੱਲਾ ਇਹਨਾਂ ਨੂੰ ਮੁਆਫ ਫਰਮਾ ਦੇ। ਨਬੀ ਅਲੈ ਸਲਾਤੂ ਅਸਲਾਮ ਨੇ ਫਰਮਾਇਆ ਕਬਰਸਤਾਨ ਜਾਇਆ ਕਰੋ, ਇਹਨਾਂ ਵਾਸਤੇ ਹੀ ਸਾਲੇ ਸਵਾਬ ਕੀਤਾ ਕਰੋ। ਇੱਥੇ ਇੱਕ ਮਸਲਾ, ਕਬਰਸਤਾਨ ਜਾਣੇ ਦਾ ਤਜ਼ਕਰਾ ਹੈ, ਕੱਲੀ ਕਬਰ ਤੇ ਜਾਣ ਦਾ ਤਜ਼ਕਰਾ। ਜਾਓ ਅੱਲਾ ਦਾ ਕੁਰਾਨ ਪਿਆ ਜੇ, ਇਹਦੇ ਅੰਦਰੋਂ ਕੋਈ ਬਾਤ ਦਿਖਾ ਦਿਓ। ਆਕਾ ਅਲੀ ਸਲਾਤ ਵਸਲਾਮ ਦਾ ਪੂਰੇ ਦਾ ਪੂਰਾ ਸਿਹਾ ਸਿੱਤਾ ਦੇ ਅੰਦਰ ਫਰਮਾਨ ਪਿਆ ਹੈ, ਉਧਰੋਂ ਕੋਈ ਹਦੀਸ ਮੁਬਾਰਕਾ ਦਿਖਾ ਦਿਓ ਕਿ ਕਬਰਸਤਾਨ ਜਾਣਾ ਹੈ ਕਿ ਕੱਲੀ ਕਬਰ ਦੀ ਜ਼ਿਆਰਤ ਵਾਸਤੇ ਜਾਂ ਮਜ਼ਾਰ ਦੀ ਜ਼ਿਆਰਤ ਵਾਸਤੇ। ਮਜ਼ਾਰਾਂ ਦੇ ਬਾਰੇ ਅੰਦਰ ਅੱਲਾ ਦੇ ਨਬੀ ਨੇ ਵਾਜ਼ੇ ਤੌਰ ਤੇ ਮਨਾ ਫਰਮਾਤਾ। ਹਜ਼ੂਰ ਦੀ ਜ਼ਿੰਦਗੀ ਦੀ ਆਖਰੀ ਵਸੀਅਤ, ਫਰਮਾਇਆ ਮੇਰੇ ਸਾਹਾਬਾ ਮੇਰੀ ਕਬਰ ਨੂੰ ਮੇਲੇ ਤੇ ਠੇਲੇ ਦੀ ਜਗ੍ਹਾ ਨਾ ਬਣਾਉਣਾ, ਇਹਨੂੰ ਉਰਸ ਦੀ ਜਗ੍ਹਾ ਨਾ ਬਣਾਉਣਾ ਮੇਰੇ ਸਾਹਾਬਾ। ਅੱਲਾਹੁ ਅਕਬਰ ਕਬੀਰਾ। ਕਬਰਸਤਾਨ ਜੋ ਆਇਆ ਕਰੋ ਇਹਨਾਂ ਵਾਸਤੇ ਦੁਆਵਾਂ ਕਰਿਆ ਕਰੋ। ਮੇਰੇ ਨਬੀਅਤ ਦੀ ਰਾਤ ਉੱਠ ਕਰਕੇ ਜੰਨਤੁਲ ਬਕੀ ਦੇ ਅੰਦਰ ਜਾਂਦੇ ਨੇ, ਹੱਥ ਉਠਾ ਕੇ ਦੁਆ ਕਰਦੇ ਨੇ, ਅੱਲਾ ਮੇਰੇ ਸਾਹਾਬਾ ਤੇਰੇ ਕੋਲ ਆਏ, ਜਦੋਂ ਤੇਰੇ ਕੋਲ ਆਏ ਮੈਂ ਮੁਹੰਮਦ ਇਹਨਾਂ ਨਾਲ ਰਾਜ਼ੀ ਸਾਂ, ਅੱਲਾ ਤੂੰ ਵੀ ਇਹਨਾਂ ਨਾਲ ਰਾਜ਼ੀ ਹੋ ਜਾ। ਮੇਰੇ ਨਬੀ ਦੁਆਵਾਂ ਮੰਗਦੇ ਨੇ ਨਾ। ਹਜ਼ਰਤ ਆਇਸ਼ਾ ਬਿਆਨ ਕਰਦੀਆਂ ਨੇ, ਮੁਸਲਿਮ ਸ਼ਰੀਫ ਅੰਦਰ ਰਿਵਾਇਤ ਮੌਜੂਦ ਹੈ ਨਾ, ਅੱਲਾ ਦੇ ਨਬੀ ਨੇ ਫਰਮਾਇਆ ਜਦੋਂ ਕਬਰਸਤਾਨ ਦੇ ਕੋਲੇ ਜਾਓ ਇੰਜ ਕਰਕੇ ਉਹਨਾਂ ਤੇ ਦੁਆ ਕਰਿਆ ਕਰੋ, ਇਹ ਸਾਲੇ ਸਵਾਬ ਪਹੁੰਚਾਇਆ ਕਰੋ। ਅਸਲਾਮੁ ਅਲਾ ਅਹਲਤ ਦਿਯਾਰੀ ਮਿਨਲ ਮੁਮਿਨੀਨਾ ਵਲ ਮੁਸਲਿਮੀਨਾ ਵਯਰਹਮੁਲਲਾਹੁਲ ਮੁਸਤਕਦਿਮੀਨ ਮਿਨਨਾ ਵਮਿਨਕੁਮ ਵਲ ਮੁਸਤਅਖਰੀਨਾ ਵਇਨਨਾ ਇਨਸ਼ਾ ਅੱਲਾਹੁ ਬਿਕੁਮ ਲਾਹਿਕੂਨ। ਫਰਮਾਇਆ ਕਿ ਇਹ ਵੀ ਆ ਗਏ, ਅੱਲਾ ਜੀ ਅਸੀਂ ਵੀ ਇਹਨਾਂ ਕੋਲ ਆਉਣ ਵਾਲੇ ਹਾਂ ਨਾ। ਇਹਦਾ ਮਤਲਬ ਇਹ ਬਣਦਾ ਹੈ ਤੁਹਾਡੇ ਤੇ ਸਲਾਮਤੀ ਹੋਵੇ। ਇਮਾਨਦਾਰੋ, ਇਸਲਾਮ ਵਾਲੋ, ਆਖਰਤ ਦੇ ਘਰ ਵਾਲੋ, ਅੱਲਾ ਸਾਡੇ ਔਰ ਤੁਹਾਡੇ ਪਿਛਲੇ ਤੇ ਪਹਿਲੇ ਸਾਰਿਆਂ ਤੇ ਰਹਿਮ ਫਰਮਾਏ। ਇਨਸ਼ਾ ਅੱਲਾ ਅਗਰ ਅੱਲਾ ਨੇ ਚਾਹਿਆ ਅਸੀਂ ਵੀ ਤੁਹਾਡੇ ਨਾਲ ਮਿਲਣੇ ਵਾਲੇ ਹਾਂ। ਕਬਰਾਂ ਦੀ ਜ਼ਿਆਰਤ ਕਰਨ ਜਾਓ, ਕਿਉਂ ਜਾਓ? ਕਿ ਉੱਥੇ ਜਾ ਕਰਕੇ ਆਪਣੀ ਆਖਰਤ ਯਾਦ ਆਵੇ, ਇਸ ਕਰਕੇ ਜਾ ਕਰਕੇ ਜ਼ਿਆਰਤ ਕਰਿਆ ਕਰੋ। ਅੱਲਾਹੁ ਅਕਬਰ ਲਾਲਾ। ਰੋਜ਼ੇ ਦੇ ਹਵਾਲੇ ਦੇ ਨਾਲ ਸੁਣਦੇ ਆ ਜਾਣਾ, ਬੁਖਾਰੀ ਸ਼ਰੀਫ ਦੀ ਹਦੀਸ ਹੈ, ਮੁਸਲਿਮ ਸ਼ਰੀਫ ਅੰਦਰ ਵੀ ਮੌਜੂਦ ਹੈ। ਮੇਰੀ ਤੇਰੀ ਅੰਮੀ ਆਇਸ਼ਾ ਸਿੱਦੀਕਾ ਰਜ਼ੀ ਅੱਲਾਹੁ ਤਾਲਾ ਅਨਹਾ ਬਿਆਨ ਕਰਦੀਆਂ ਨੇ ਨਾ, ਕਿ ਜਿਹੜਾ ਬੰਦਾ ਫੌਤ ਹੋਵੇ ਇਹਦੇ ਜ਼ਿੰਮੇ ਅਗਰ ਰੋਜ਼ੇ ਹੋਣ, ਯਾਨੀ ਫੌਤ ਹੋ ਜਾਣ ਵਾਲੇ ਦੇ ਰੋਜ਼ੇ ਸਣਨਾ, ਇਹਦੇ ਜ਼ਿੰਮੇ ਰੋਜ਼ੇ ਮੌਜੂਦ ਸਣ, ਜਿਹੜਾ ਇਹਦਾ ਵਲੀ ਹੋਵੇ ਉਹਨੂੰ ਚਾਹੀਦਾ ਕਿ ਇਹਦੇ ਰੋਜ਼ੇ ਵੀ ਰੱਖੇ। ਇੱਕ ਬੰਦਾ ਪਿੱਛੇ ਹੋ ਕੇ ਕਹਿੰਦਾ, ਜੀ
मैं फौत हो जाने वाले दा बड़ा बड़ा एदा मुआमला मैं तुहाडे नाल करांगा, कर्ज दी अदायगी मैं करांगा, ते रोजे अल्लाह दा हक ज्यादा है कर्जे दे अंदर, फिर एदे रोजे भी एदा वली पूरे करे, रोजे भी रखे। अल्लाहु अकबर कबीरा। अगर मैयत दी तरफों कर्जा है, हजरत अबू कतादा रज़ी अल्लाह तआला बयान करते हैं, अल्लाह दे नबी दी खिदमत अंदर एक जनाजा आ जाता है ना, पता चलिया एदे ते दो दिनार कर्जा बाकी है। जरा सारे वेखी अपने मजमे च नजर पा के मेरे तुहाडे ते किन्ना किन्ना कर्जा पिया है। असी तो गप्पू हड़प कर जाइए तो फिर भी दाड़ियां वड्डियां, तो मौलवी वड्डे ते सूफी वड्डे, कारी वड्डे ते हाजी वड्डे ते नमाजी वड्डे। दो दिनार मेरे प्यारे हो, मेरे मोहतरम जीवकार बुजुर्गो प्यारे भाईयो, दो दिनार। अल्लाहु अकबर कबीरा। अल्लाह दे नबी ने फरमाया सहाबा एदे ते कर्ज दा मामला, हुजूर जी दो दिनार ने, मेरे महबूब ने जनाजा छड़ दिता परां हो करके बह गए। हजरत अबू कतादा उठे ने ना, अर्ज करदे ने या रसूल अल्लाह, मैं एदे दो दिनार अपनी तरफ अपनी पॉकेट चो अदा कर देना। अल्लाह दे नबी ने फरमाया जदों एदी अदायगी हो गई है ना, हुजूर फरमाया कि हुण ए मैयत दा जिस्म ठंडा होया है, हुण ठंडा होया है, हुण बख्शीजण दा हकदार है। अल्लाहु अकबर कबीरा। उजरत ते पढ़ायो है कुरान दा सवाब, सुनदियां जाना जरा कबर ते कुरान पढ़ना, तीन कौल ने ना, पहला कौल के कबर ते कुरान पढ़ना मकरूह है ना, दूसरा कौल दफन करन दे वक्त कोई हरज नहीं है ना, तीसरा कौल दफन करने तो बाद मकरूह है, तीसरा कौल इमाम अबू हनीफा सब के हुजूर रहमतुल्लाह अलैह, इमाम अबू हनीफा दा तीसरा कौल कहंदे ने कि मरण तो बाद दफन तो बाद दफन करके आ जाओ ते फिर मकरूह है। हाँ अलबत्ता जदों दफन कर रहे हो उदों पढ़ सकते हो, दफन करने तो बाद मकरूह है। अल्लाहु अकबर कबीरा। हजरत मालिक रहमतुल्लाह अलैह अहमद बिन हंबल, इमाम अहमद बिन हंबल की रिवायत तो बयान करते ने, कहंदे ने कि मकरूह है एदे वास्ते के बिदअत, सुन्नत अंदर एदा जवाज नहीं है, सुन्नत अंदरों एदा तज़करा नहीं मिलदा, इस करके कबर ते ना खलो के पढ़ना जायज़ है, ते ना कब्रस्तान अंदर पढ़ना जायज़ है, ते ना बाद अंदर पढ़ना जायज़ है, ये मकरूह है। अल्लाहु अकबर कबीरा। ये बिदअत है, एदा सुन्नत दे अंदर कोई तज़करा मौजूद नहीं। ये है इसाले सवाब वाला मसला जेड़ा मैं अज बयान किया है। अल्लाह अमल दी तौफीक अता फरमाए। अकूल कौली हादा, अस्तगफिरुल्लाह ली वलकुम वलिसाइरिल मुस्लिमीन वल मुस्लिमात।